आजादी के कई दहाके बीत जाने तो बाद भी पंजाब के हालातों सुधार दिया डींगा मार दिया सरकार पंजाब दे विच अज भी सुधार नहीं कर सकियां। तीन जवान धियां नूं लै के ते एक पुत्र नूं लै के छे जी जिहड़ा वा एक कमरे दे विच रहिंदे ने। घर दी छत वी बालियां वाली आ। जिते असीं बहुत ज़्यादा वड्डे पद्धर दे लंगर लगाउणे आ उत्थे सानूं अजिहे ग्रंथियां दी जिहड़ी आ ओह बांह फड़न दी सब तों पहलां जरूरत आ। लंगर थोड़े घट कर लईए, अजिहे ग्रंथियां नूं आपां संभाल लईए। ਔਖਾ ਜੀ ਜੀ ਆਪ ਜੀ ਤਾਂ ਅਸੀਂ ਸਮਝ ਹੀ ਗਏ ਜੀ, ਇੱਕ ਕਮਰੇ 6 ਜੀ ਤੁਹਾਨੂੰ ਪਤਾ ਹੀ ਹੈ ਪੈਣਾ ਬਹੁਤ ਔਖਾ ਜੀ। ਅਤੇ ਹਾਲਾਤ ਹੀ ਇੱਦਾਂ ਦੇ, ਹੁਣ ਕੀ ਕਰੀਏ ਜੀ, ਗੁਜ਼ਾਰਾ ਕਰਨਾ ਪੈਣਾ ਜੀ। ਬਾਰੇ ਬੱਚੇ ਆਉਂਦੇ ਆ ਜੀ, ਉਹਨਾਂ ਨੂੰ ਗੁਰਬਾਣੀ ਸਿਖਾਈ ਦੀ ਆ। ਅਤੇ ਪਰ ਕਈ ਵਾਰੀ ਸਰ ਇਹ ਵੀ ਗੱਲ ਵੇਖੀ ਦੀ ਜੇ, ਕਈ ਵਾਰੀ ਸੋਚੀਦਾ ਵੀ ਜਿਹੜੇ ਹਾਲਾਤ ਸਾਡੇ ਨੇ ਬੱਚਿਆਂ ਨੂੰ ਇਸ ਬੰਨੇ ਲਾਉਣ 'ਤੇ ਲਏ ਆ, ਪਰ ਕਈ ਵਾਰ ਸੋਚੀਦਾ ਕਿਤੇ ਇਸ ਇਹਨਾਂ ਬੱਚਿਆਂ ਦੇ ਵੀ ਕਿਤੇ ਸਾਡੇ ਵਰਗੇ ਹਾਲਾਤ ਨਾ ਹੋਣ। गरीब की मां फड़नी पर फड़ते नहीं, ये गोल सच है जी, गरीब के वास्ते ही है, गरीब का मूँह है, पर नहीं कोई सुनता नहीं जी। ਸ਼ਨਕਾਟਾ ਟੀਵੀ ਦੇਖ ਰਿਹਾ ਜੇ ਤੇ ਜ਼ਿਲ੍ਹਾ ਤਰਨ ਤਾਰਨ ਦੇ ਇੱਕ ਛੋਟੇ ਜਿਹੇ ਪਿੰਡ ਘੁਆੜਕਾ 'ਚ ਪਹੁੰਚੇ ਹਾਂ। ਆਜ਼ਾਦੀ ਦੇ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੀਆਂ ਡੀਂਗਾਂ ਮਾਰ ਦੀਆਂ ਸਰਕਾਰਾਂ ਪੰਜਾਬ ਦੇ ਵਿੱਚ ਅੱਜ ਵੀ ਸੁਧਾਰ ਨਹੀਂ ਕਰ ਸਕੀਆਂ। ਅੱਜ ਅਸੀਂ ਇੱਕ ਗ੍ਰੰਥੀ ਸਿੰਘ ਦੇ ਨਾਲ ਤੁਹਾਨੂੰ ਮਿਲਾਵਾਂਗੇ, ਜਿਸ ਦੇ ਘਰ ਦੇ ਹਾਲਾਤ ਅਜਿਹੇ ਨੇ ਕਿ ਬਹੁਤ ਹੀ ਜ਼ਿਆਦਾ ਬਦਤਰ ਹਾਲਾਤ ਹੋਏ ਪਏ ਨੇ। ਘਰ ਦੇ ਵਿੱਚ ਇੱਕ ਕਮਰਾ ਏ ਜਿਸ ਦੇ ਵਿੱਚ ਤਿੰਨ ਜਵਾਨ ਧੀਆਂ ਨੂੰ ਲੈ ਕੇ ਅਤੇ ਇੱਕ ਪੁੱਤਰ ਨੂੰ ਲੈ ਕੇ 6 ਜੀ ਜਿਹੜਾ ਵਾ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ। ਘਰ ਦੀ ਛੱਤ ਵੀ ਬਾਲਿਆਂ ਵਾਲੀ ਆ, ਬਾਰਿਸ਼ ਦੇ ਦਿਨਾਂ ਦੇ ਵਿੱਚ ਚੋਂਦਾ ਵੀ ਆ, ਅਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਗ੍ਰੰਥੀ ਸਿੰਘ ਅਤੇ ਉਸਦੀ ਪਤਨੀ ਵੀ ਅੰਗਹੀਣ ਨੇ। ਪਤਨੀ ਦੀਆਂ ਲੱਤਾਂ ਦੇ ਵਿੱਚ ਪ੍ਰੋਬਲਮ ਆ, ਚੱਲਣ ਤੋਂ ਬਹੁਤ ਜ਼ਿਆਦਾ ਦਿੱਕਤ ਆ, ਅਤੇ ਗ੍ਰੰਥੀ ਸਿੰਘ ਨੂੰ ਜਿਹੜਾ ਪੋਲੀਓ ਦੀ ਕਾਰਨ ਬਾਹਾਂ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ। ਇਸ ਕਰਕੇ ਜਿਹੜੇ ਅੱਜ ਦੇ ਹਾਲਾਤ ਨੇ ਜੋ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ, ਜਿੱਥੇ ਅਸੀਂ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਲੰਗਰ ਲਗਾਉਣੇ ਆ ਉੱਥੇ ਸਾਨੂੰ ਅਜਿਹੇ ਗ੍ਰੰਥੀਆਂ ਦੀ ਜਿਹੜੀ ਆ ਉਹ ਬਾਂਹ ਫੜਨ ਦੀ ਸਭ ਤੋਂ ਪਹਿਲਾਂ ਜ਼ਰੂਰਤ ਆ। ਲੰਗਰ ਥੋੜ੍ਹੇ ਘੱਟ ਕਰ ਲਈਏ, ਅਜਿਹੇ ਗ੍ਰੰਥੀਆਂ ਨੂੰ ਆਪਾਂ ਸੰਭਾਲ ਲਈਏ, ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਪਦਵੀ ਆ ਉਹ ਗ੍ਰੰਥੀ ਨੂੰ ਇੱਕ ਦਿੱਤੀ ਗਈ ਆ। ਲੰਗਰਾਂ ਦੇ ਵਿਰੋਧ ਵਿੱਚ ਨਹੀਂ ਅਸੀਂ, ਪਰ ਇੱਥੋਂ ਦੇ ਹਾਲਾਤ ਵੇਖ ਕੇ ਜਿਹੜੇ ਆ ਉਹ ਦੇਖਣ ਨੂੰ ਕਰਦਾ ਕਿ ਲੰਗਰ ਜੇ ਘੱਟ ਵੀ ਹੋ ਜਾਣ ਤਾਂ ਆਪਣਾ ਗੁਜ਼ਾਰਾ ਹੋ ਜਾਵੇਗਾ, ਪਰ ਅਜਿਹੇ ਗ੍ਰੰਥੀਆਂ ਦੇ ਜਿਹੜੇ ਬਾਂਹ ਵਾ ਉਹ ਫੜਨੀ ਬਹੁਤ ਜ਼ਰੂਰੀ ਆ। ਆਓ ਗ੍ਰੰਥੀ ਸਾਹਿਬ ਦੇ ਨਾਲ ਗੱਲਬਾਤ ਕਰਾਉਂਦੇ ਹਾਂ, ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਜੀ ਮਨਜਿੰਦਰ ਸਿੰਘ ਜੀ। ਪਿੰਡ ਕਿਹੜਾ ਜੀ? ਘੁਆੜਕਾ ਜੀ। ਕਿਸ ਤਰ੍ਹਾਂ ਦੇ ਨੇ ਹਾਲਾਤ ਕਰਦੇ ਤੁਹਾਡੇ? ਹਾਲਾਤ ਜੇ ਦੀ ਮਾੜੇ ਆ ਜੀ। ਹਾਲਾਤ ਜੇ ਪੁੱਛੋ ਤੁਸੀਂ ਤੇ ਮਾੜੇ ਆ ਜੀ। ਇੱਕ ਕਮਰਾ ਉਹਦੇ ਵਿੱਚ ਗੁਜ਼ਾਰਾ ਕਰਨ ਡਿਆ ਜੀ। 6-4 ਮੇਰੇ ਬੱਚੇ ਆ, 3 ਗੁੱਡੀਆਂ ਜਵਾਨ ਗੁੱਡੀਆਂ ਵਾ, 1 ਲੜਕਾ ਵਾ, ਤੇ 1 ਕਮਰੇ ਦੇ ਵਿੱਚ ਗੁਜ਼ਾਰਾ ਕਰਦੇ ਆ ਜੀ। ਅੱਛਾ, ਕਮਰਾ ਜਿਹੜਾ ਵਾ ਉਹ ਲੈਂਟਰ ਵਾਲਾ ਕਿ ਜਾਂ ਬਾਲ? ਨਹੀਂ ਜੀ, ਛੱਤ ਵਾਲਾ। ਉਹ ਵੀ ਛੱਤ ਵੀ ਤੁਸੀਂ ਆ ਕੈਮਰੇ ਰਹੀ ਹਾਲਾਤ ਵੇਖ ਹੀ ਲੈਣੇ ਛੱਤ ਕਿਹੋ ਜੀ ਆ। ਬਾਲੇ ਘੁੰਮੇ ਆ ਕੁਝ ਉਹਦੇ, ਤੇ ਬਾਕੀ ਛੱਤ ਚੁੰਦੀ ਆ ਜੀ। ਤੇ ਬਾਹਰੋਂ ਸੜਕ ਵਾਲੇ ਮੰਨਿਓ ਜੀ, ਸੜਕ ਸਾਡੇ ਉੱਚੀ ਆ, ਉਹਦੇ ਪਾਣੀ ਅੰਦਰ ਆ ਜਾਂਦਾ ਵਾ, ਤੇ ਉਹ ਪਾਣੀ ਉੱਤੋਂ ਵੀ ਛੱਤ ਚੁੰਦੀ ਆ, ਤੇ ਜੋ ਪਾਣੀ ਅੰਦਰ ਵੜਦਾ ਉਹ ਝਲਟਣਾ ਪੈਂਦਾ ਵਾ। ਤੇ ਕਈ ਵਾਰੀ ਜੀ ਆ ਥੋੜ੍ਹੇ ਦਿਨਾਂ ਦੇ ਮੀਂਹ, ਤੇ ਰਾਤ ਇੱਦਾਂ ਹੀ ਸਾਡੇ ਨੂੰ ਹੋਈ, ਕੁਝ ਰਾਤ ਸਾਡੀ ਇੱਦਾਂ ਹੀ ਲੰਘ ਗਈ ਸੌਣ ਤੋਂ ਬਗੈਰ ਹੀ, ਜਿਹੜੀ ਪਾਣੀ ਝਲਟਦੇ ਹੀ ਰਾਤ ਲੰਘ ਗਈ ਆ ਜੀ।
ਇੱਕ ਕਮਰੇ ਦੇ ਵਿੱਚ 6 ਜਾਣੇ ਥੋੜਾ ਔਖਾ ਨਹੀਂ ਹੁੰਦਾ? ਲੋਕ ਘਰਾਂ ਦੇ ਵਿੱਚ ਇੱਕ ਇੱਕ ਕਮਰੇ ਦੇ ਵਿੱਚ ਸੌਂਦੇ ਨੇ? ਔਖਾ ਜੀ ਜੀ ਆਪ ਜੀ ਤਾਂ ਹੀ ਸਮਝ ਹੀ ਗਏ ਜੀ, ਇੱਕ ਕਮਰੇ 6 ਜੀ ਤੁਹਾਨੂੰ ਪਤਾ ਹੀ ਹੈ ਪੈਣਾ ਬਹੁਤ ਔਖਾ ਜੀ। ਤੇ ਹਾਲਾਤ ਹੀ ਇੱਦਾਂ ਦੇ, ਹੁਣ ਕੀ ਕਰੀਏ ਜੀ, ਗੁਜ਼ਾਰਾ ਕਰਨਾ ਪੈਣਾ ਜੀ। ਕਿੰਨੇ ਚਿਰ ਤੋਂ ਜਿਹੜੀ ਆ ਡਿਊਟੀ ਗ੍ਰੰਥੀ ਸਿੰਘ ਦੀ ਨਿਭਾ ਰਹੇ ਜੀ? ਉਹ ਮੈਨੂੰ 6-7 ਸਾਲ ਹੋ ਗਏ ਜੀ। 6-7 ਸਾਲ ਹੋ ਗਏ? ਹਾਂਜੀ। ਅੱਛਾ, 6-7 ਸਾਲ ਹੋ ਗਏ ਆ, ਤੇ ਕਦੀ ਵੀ ਕਿਸੇ ਧਾਰਮਿਕ ਸੰਸਥਾ ਨੇ ਤੁਹਾਡਾ ਆਣ ਕੇ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਕਿਸੇ ਨੇ ਨਹੀਂ ਅੱਜ ਤੱਕ ਨਹੀਂ ਜੀ ਕਿਸੇ ਨੇ ਬਾਤ ਪੁੱਛੀ ਸਾਡੀ। ਕਿਸੇ ਨੇ ਅੱਜ ਤੱਕ ਤਾਂ ਨਹੀਂ ਕੋਈ ਸਾਡੇ ਕੋਲ ਆ ਕੇ ਕਿਸੇ ਨੇ ਆਖਿਆ ਵੀ ਕਿਹੋ ਜਿਹੇ ਕਿੱਦਾਂ ਗੁਜ਼ਾਰਾ ਕਰਦੇ ਜੀ। ਆਪਦੇ ਸਿਰ 'ਤੇ ਹੀ ਆ ਜੋ ਕੁਝ ਆ ਜੀ। ਅਤੇ ਜਿਹੜੀ ਤੁਹਾਡੀਆਂ ਬਾਹਾਂ ਨੇ ਕੀ ਗੱਲ ਹੋਈ ਸੀ ਇਹਨਾਂ ਨੂੰ? ਇਹ ਜੀ ਛੋਟੇ ਹੁੰਦੇ ਜੀ ਪੋਲੀਆ ਵਾ, ਛੋਟੇ ਹੁੰਦੇ ਜਿੱਦਾਂ ਬੱਚਿਆਂ ਨੂੰ ਪੁਰਾਣੇ ਸਮੇਂ 'ਚ ਛੋਟੇ ਛੋਟੇ ਹੁੰਦੇ ਹੋ ਜਾਂਦਾ ਸੀ, ਉਹ ਤਰ੍ਹਾਂ ਪੋਲੀਆ ਜੀ ਛੋਟੇ ਹੁੰਦੇ ਸੀ। ਅਤੇ ਉੱਥੇ ਜਿਹੜਾ ਵਾ ਬੱਚਿਆਂ ਨੂੰ ਸਿਖਾਉਂਦੇ ਜੀ? ਹਾਂਜੀ, ਉੱਥੇ ਬੱਚੇ ਪ੍ਰੇਰ ਕੇ ਲਿਆਈ ਦੇ ਆ ਜੀ, ਆ ਵਾਹ ਵਾਹ ਬੱਚੇ ਆਉਂਦੇ ਆ ਜੀ, ਉਹਨਾਂ ਨੂੰ ਗੁਰਬਾਣੀ ਸਿਖਾਈ ਦੀ ਆ। ਅਤੇ ਪਰ ਅੱਜ ਕਈ ਵਾਰੀ ਸਾਰੇ ਇਹ ਵੀ ਗੱਲ ਵੇਖੀ ਦੀ ਜੇ, ਕਈ ਵਾਰੀ ਸੋਚੀਦਾ ਵੀ ਜਿਹੜੇ ਹਾਲਾਤ ਸਾਡੇ ਨੇ ਬੱਚਿਆਂ ਨੂੰ ਇਸ ਬੰਨੇ ਲਾਉਣ 'ਤੇ ਡਹੇ ਆ, ਪਰ ਕਈ ਵਾਰ ਸੋਚੀਦਾ ਕਿਤੇ ਇਹਨਾਂ ਬੱਚਿਆਂ ਦੇ ਵੀ ਕਿਤੇ ਸਾਡੇ ਵਰਗੇ ਹਾਲਾਤ ਨਾ ਹੋਣ, ਕਿਤੇ ਇਹ ਦਿਨ ਇਹਨਾਂ ਨੂੰ ਉਹਨਾਂ ਵੇਖਣੇ ਪੈਣ ਵੀ ਇੰਨੀ ਗਰੀਬੀ ਦੇ ਵਿੱਚ, ਕਿਉਂਕਿ ਧਾਰਮਿਕ ਸੰਸਥਾ ਤਾਂ ਕੋਈ ਪੁੱਛਦੀ ਨਹੀਂ ਜੀ। ਅਤੇ ਇਸ ਕਰਕੇ ਕਈ ਵਾਰ ਮਨ ਦੇ ਵਿੱਚ ਰੋਸ ਵੀ ਆਉਂਦਾ ਇਸ ਗੱਲ ਦਾ, ਪਰ ਆਖੀਦਾ ਚਲੋ ਸਿੱਧੇ ਬੰਨੇ ਲੱਗੇ ਆ ਬੱਚੇ ਲਾਈਏ, ਪਰ ਕਈ ਵਾਰ ਇਸ ਗੱਲ 'ਤੇ ਰੋਸ ਆਉਂਦਾ ਵਾ ਵੀ ਆਖੀਦਾ ਕਿਤੇ ਬੱਚਿਆਂ ਇਹਨਾਂ ਬੱਚਿਆਂ ਦੇ ਵੀ ਕਿਤੇ ਸਾਡੇ ਵਰਗੇ ਹਾਲਾਤ ਨਾ ਹੋਣ ਕਿਤੇ। ਅੱਛਾ ਬਾਬਾ ਜੀ, ਜਿਵੇਂ ਵੇਖੀਦਾ ਕਿ ਫੌਜ ਦੇ ਵਿੱਚੋਂ ਜੇ ਕੋਈ ਰਿਟਾਇਰ ਹੁੰਦਾ ਜਾਂ ਕਿਸੇ ਵੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੁੰਦਾ ਤਾਂ ਉਹਦੀ ਪੈਨਸ਼ਨ ਲਗਾ ਦਿੱਤੀ ਜਾਂਦੀ ਆ, ਲੱਗਦਾ ਨਹੀਂ ਕਿ ਗ੍ਰੰਥੀ ਸਿੰਘ ਨੂੰ ਵੀ ਅਜਿਹੇ ਜਿਹੜੇ ਉਹ ਪੈਨਸ਼ਨ ਲਗਾਉਣੀ ਚਾਹੀਦੀ ਆ ਕਮੇਟੀਆਂ ਵੱਲੋਂ? ਚਾਹੀਦੀ ਤਾਂ ਹੈਗੀ ਜੀ, ਉਹ ਤਾਂ ਜਿੱਦਾਂ ਜੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋ ਗਏ ਜਾਂ ਗ੍ਰੰਥੀ ਹੋ ਗਏ, ਉਹ ਤਾਂ ਉਹਨਾਂ ਦੀ ਲੱਗਦੀ ਜੇ, ਸਾਡੇ ਪਿੰਡਾਂ ਵਾਲੇ ਗ੍ਰੰਥੀਆਂ ਨੂੰ ਕੌਣ ਕੋਚਦਾ ਜੀ? ਇਹ ਤਾਂ ਇੱਦਾਂ ਹੀ ਆਪਦੇ ਸਿਰ 'ਤੇ ਆ, ਜਿੰਨਾ ਚਿਰ ਗੁਜ਼ਾਰਾ ਕਰ ਲਿਆ ਜੀ ਕਰ ਲਿਆ। ਉਹਦੇ ਮੁਲਾਜ਼ਮ ਜਿੱਦਾਂ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਹੋਏ ਉਹਨਾਂ ਦੀ ਉਹਨਾਂ ਵਾਸਤੇ ਆ, ਅਤੇ ਸਾਨੂੰ ਪਿੰਡਾਂ ਵਾਲਿਆਂ 'ਤੇ ਕੋਈ ਨਹੀਂ ਜੀ, ਇਹਦੇ ਅਸੀਂ ਆਪਦੇ ਸਿਰ 'ਤੇ ਗੁਜ਼ਾਰਾ ਕਰਦੇ ਹਾਂ ਜੀ, ਜੇ ਸੰਗਤ ਨੇ ਜੋ ਤਿਲ ਫੁਲ ਦੇ ਤਾ ਉਹਦੇ ਸਿਰ 'ਤੇ ਜੀ। ਬੱਚੇ ਕੀ ਕਰਦੇ ਜੀ? ਸਾਡੇ ਜੀ ਸਾਡੇ ਬੱਚੇ ਪੜ੍ਹਦੇ ਆ ਜੀ। ਪੜ੍ਹਦੇ ਆ? ਹਾਂਜੀ। ਕਿੱਥੇ ਪੜ੍ਹਦੇ? ਸਰਕਾਰੀ ਸਕੂਲਾਂ? ਸਰਕਾਰੀ ਸਕੂਲਾਂ ਜੀ, ਦੋ ਗੁੱਡੀਆਂ ਇੱਥੇ ਪਿੰਡ ਹੀ ਪੜ੍ਹਦੀਆਂ ਜੀ, ਅਤੇ ਵੱਡੀ ਗੁੱਡੀ ਆ ਅਤੇ ਲੜਕਾ ਵਾ ਉਹ ਸਬਾਈਪੁਰ ਪੜ੍ਹਦੇ ਜੀ, ਵੱਡੀ ਗੁੱਡੀ ਸਰਕਾਰੀ ਕੰਨਿਆ ਸਕੂਲ 'ਚ, ਅਤੇ ਮੁੰਡਾ ਜੀ ਭਾਈ ਇੰਦਰ ਸਿੰਘ ਸਰਕਾਰੀ ਸਕੂਲ 'ਚ ਪੜ੍ਹਦਾ ਜੀ, ਉਹ 10ਵੀਂ ਕਲਾਸ 'ਚ। ਹਾਂਜੀ। ਕੀ ਮੰਗ ਕਰੋਗੇ ਜੇ ਸਮਾਜ ਸੇਵੀ ਤੁਹਾਡੀ ਬਾਂਹ ਫੜਨ ਜਾਂ ਦਾਨੀ ਸੱਜਣ, ਕੀ ਮੰਗ ਕਰੋਗੇ? ਦਾਨੀ ਸੱਜਣਾ ਤੋਂ ਮੇਰੀ ਸਾਡੀ ਇਹੋ ਹੀ ਮੰਗ ਆ ਜੀ ਕਿ ਸਾਡੀ ਵੱਧ ਤੋਂ ਵੱਧ ਮਦਦ ਕਰਨ, ਜਿਹਦੇ ਕਾਰਨ ਕਰਕੇ ਅਸੀਂ ਆਪਦਾ ਘਰ ਬਣਾ ਸਕੀਏ, ਜਿਹਦੇ ਕਾਰਨ ਅਸੀਂ ਉੱਚਾ ਕਰਕੇ ਘਰ ਸੜਕ ਨੂੰ ਬਣਾ ਸਕੀਏ, ਜਿਹਦੇ ਕਾਰਨ ਸਾਡੇ ਪਾਣੀ ਅੰਦਰ ਨਾ ਵੜੇ ਜੀ, ਸਾਨੂੰ ਰਾਤ ਬਰਾਤੇ ਉੱਠ ਕੇ ਜਿਹੜਾ ਪਾਣੀ ਝਲਟਣਾ ਨਾ ਪਵੇ। ਇਸ ਕਰਕੇ ਸਾਡੀ ਦਾਨੀ ਸੱਜਣਾ ਨੂੰ ਬੇਨਤੀ ਆ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ। ਕਿਸੇ ਦੇ ਰੋਸ ਹੋਵੇ ਕਿਸੇ ਸੰਸਥਾ ਦੇ ਜਾਂ ਰੋਸ ਕਰਕੇ ਕੀ ਕਰਾਂਗੇ, ਜੇ ਕੋਈ ਬਾਂਹ ਫੜੇ ਤਾਂ ਫੇਰ ਹੀ ਆ ਜੀ। ਹੁਣ ਜੇ ਸੋਚੀਏ ਧਾਰਮਿਕ ਸੰਸਥਾ ਕਿੰਨੀਆਂ ਅਤੇ ਕਿੰਨੇ ਕਿੰਨੀ ਇਹਨਾਂ ਕੋਲ, ਜੇ ਸੋਚੀਏ ਤਾਂ ਮਾਇਆ ਜੀ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ, ਰੋਸ ਕਰਕੇ ਕਿਸੇ 'ਤੇ ਕੀ ਕਰਾਂਗੇ ਜੀ। ਅੱਛਾ, ਕਹਿੰਦੇ ਕਿ ਗੁਰੂ ਦੀ ਕੋਲ ਇੱਕ ਗਰੀਬ ਦਾ ਮੂੰਹ, ਇਹ ਗੱਲ ਕਹੀ ਜਾਂਦੀ ਆ, ਅਤੇ ਜੇ ਗ੍ਰੰਥੀ ਨਹੀਂ ਆਪਣੇ ਸੰਭਾਲੇ ਜਾਂਦੇ ਤਾਂ ਫਿਰ ਨਹੀਂ ਹੈ? ਗੱਲ ਤਾਂ ਬਿਲਕੁਲ ਸੱਚ ਜੀ, ਪਰ ਇਹ ਗੱਲ ਤੋਂ ਉੱਪਰ ਪੂਰਾ ਨਹੀਂ ਨਾ ਉਤਰਦਾ ਜੀ। ਚਾਹੀਦਾ ਤਾਂ ਹੈਗਾ ਗਰੀਬ ਦੀ ਬਾਂਹ ਫੜਨੀ, ਪਰ ਫੜਦੇ ਨਹੀਂ। ਹੈ ਤਾਂ ਗੋਲਕ ਸੱਚ ਆ ਜੀ, ਗਰੀਬ ਦੇ ਵਾਸਤੇ ਹੀ ਆ, ਗਰੀਬ ਦਾ ਮੂੰਹ ਹੀ ਆ, ਪਰ ਨਹੀਂ ਕੋਈ ਸੁਣਦਾ ਨਹੀਂ ਜੀ ਇਹ ਗੱਲ। ਅੱਛਾ, ਜਿਹੜੇ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਦੀ ਸੇਵਾਵਾਂ ਨਿਭਾ ਰਹੇ ਜੀ, ਉੱਥੇ ਤਨਖਾਹ ਦੇ ਜੀ? ਨਹੀਂ ਜੀ, ਤਨਖਾਹ ਨਹੀਂ ਜੀ। ਛਿਆ ਮਹੀਨਿਆਂ ਵਾਂਗ ਜਿੱਦਾਂ ਜੇ ਝੋਨਾ ਕਣਕ ਆ ਗਿਆ, ਚਾਹੇ ਕੋਈ ਪ੍ਰੋਗਰਾਮ ਆ ਗਿਆ, ਬਸ ਇਹੋ ਹੀ ਜੀ। ਕਿਸ ਤਰ੍ਹਾਂ ਦੀ ਜਗ੍ਹਾ 'ਤੇ ਆ ਗੁਰਦੁਆਰਾ ਸਾਹਿਬ? ਗੁਰਦੁਆਰਾ ਠੀਕ ਜੀ, ਕਮਰੇ 2-3 ਬਣੇ ਆ ਜੀ, ਛੋਟਾ ਜਿਹਾ ਦਰਬਾਰ ਬਣਿਆ ਜੀ, ਅਤੇ ਠੀਕ ਹੈ ਜਿੱਦਾਂ ਉਸ ਸਮੇਂ ਵਿਹੜੇ ਦੇ ਹਿਸਾਬ ਦੇ ਨਾਲ, ਸੰਗਤ ਦੇ ਹਿਸਾਬ ਨਾਲ। ਕੀ ਨਾਂ ਜੀ ਭੈਣ ਜੀ ਤੁਹਾਡਾ? ਕੁਲਵੰਤ ਕੌਰ। ਕੁਲਵੰਤ ਕੌਰ, ਕੀ ਗੱਲ ਹੋਈ ਸੀ ਤੁਹਾਡੀਆਂ ਲੱਤਾਂ? ਇਹਨੂੰ ਨਿੱਕੇ ਹੁੰਦੇ ਨੂੰ ਪੋਲੀਆ ਸੀ। ਪੋਲੀਆ ਹੋ ਗਿਆ? ਹਾਂਜੀ। ਅੱਛਾ, ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ 2-3-4 ਬੱਚੇ ਆ। ਹਾਂਜੀ। 3 ਗੁੜੀਆ ਤੇ ਇੱਕ ਕਾਕਾ। ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਦੇ? ਹਾਲਤ ਬਹੁਤ ਮਾੜੇ। ਕਈ ਵਾਰ ਬੱਚੇ ਵੀ ਆਖ ਦਿੰਦੇ ਵੀ ਘਰ ਨਹੀਂ ਮੰਮੀ ਬਣਨਾ ਆਪਣੇ ਕੋ, ਆਪਣੀ ਰੋਟੀ ਨਹੀਂ ਪੂਰੀ ਹੁੰਦੀ ਤਾਂ ਘਰ ਕਿੱਥੋਂ ਬਣਨਾ। ਪਰਸੋਂ ਮੀਂਹ ਜਿਹੜਾ ਪਿਆ ਸੀ, ਬੱਚੇ ਰੋਈ ਪਿਆ ਵੀ ਸਾਡੇ ਕੋਲ ਨਹੀਂ ਮਿੱਟੀ ਪਾਈ ਜਾਂਦੀ ਅੰਦਰ, ਬਹੁਤ ਮੰਦਾ ਹਾਲ ਆ। ਇੱਕ ਕਮਰੇ 'ਚ 6 ਜਾਣੇ? ਹਾਂਜੀ, ਇੱਕ ਜੀ ਕਮਰੇ 'ਚ 6 ਜਾਣੇ ਰਹਿੰਦੇ ਆ। ਅਤੇ ਅੱਗੇ ਵੀ ਬੇਨਤੀ ਤੁਹਾਨੂੰ ਕੀਤੀ ਸੀ ਵੀ ਸਾਡੇ ਕੋਲ ਘੁੰਮਿਆ ਨਹੀਂ ਜਾਂਦਾ ਅੰਦਰ, ਮੰਜੇ ਡੱਠੇ ਹੁੰਦੇ ਘੇਰੇ ਘੇਰੇ, ਅਤੇ ਤੁਰੇ ਨੂੰ ਫਿਰ ਨੂੰ ਜਗ੍ਹਾ ਨਹੀਂ ਹੁੰਦੀ ਅੰਦਰ, ਬਸ ਸਾਡੀ ਇਹੋ ਬੇਨਤੀ। ਬਹੁਤ ਜ਼ਿਆਦਾ ਚੋਂਦਾ ਹੈ, ਚੋਂਦਾ ਵੀ ਪਾਣੀ ਵੀ ਬਹੁਤ ਜਾਂਦਾ ਹੈ ਅੰਦਰ, ਬਾਹਰੋਂ ਬੱਚੇ ਮਿੱਟੀ ਅੰਦਰ ਲੈ ਕੇ ਜਾਂਦੇ ਆ, ਮੈਂ ਅੰਦਰੋਂ ਪਾਣੀ ਝਰਟਦੀ ਬਾਹਰ ਨੂੰ, ਪਾਣੀ ਫਿਰ ਅੰਦਰ ਜਾਈ ਜਾਂਦਾ ਹੈ, ਉੱਚੀ ਉੱਚੀ ਬਾਲਟੀ ਭਰ ਭਰ ਉੱਚੇ ਉੱਚੇ ਕਰਕੇ ਬੰਨੀ ਬੰਨੀ ਦੀ, ਪਰ ਬੰਨੀ ਫਿਰ ਟੁੱਟ ਜਾਂਦੀ,
ਪਾਣੀ ਅੰਦਰ ਬਹੁਤ ਜਾਂਦਾ ਹੈ। ਕੀ ਮੰਗ ਕਰੋਗੇ ਇਸ ਵਾਸਤੇ? ਮੰਗ ਇਸ ਕਮਰਿਆਂ ਦੀ ਕਹਿੰਦੀ ਵੀ ਸਾਡਾ ਘਰ ਬਣ ਜੇ, ਘਰ ਹੀ ਬਣ ਜੇ, ਬਸ ਰੋਟੀ ਦੀ ਟਾਈਮ ਪਾਸ ਕਰੀ ਜਾਣਾ ਪਏ। ਘਰ ਦਾ ਹੀ ਆ ਵੀ ਸਾਨੂੰ ਸੜਕ ਨਾਲ ਉੱਚੇ ਹੋ ਜਾਣ ਤੇ ਪਾਣੀ ਬਾਹਰ ਜਾਈ ਜਾਵੇ। ਘਰ ਚ ਬਾਥਰੂਮ ਫਲੱਸ਼ ਹੈਗੀ? ਨਾ, ਬਾਥਰੂਮ ਹੈਗਾ ਨਾ ਫਲੱਸ਼ ਹੈਗੀ, ਕੁਛ ਨਹੀਂ ਹੈਗਾ। ਲੰਮੇ ਸਮੇਂ ਤੋਂ ਸਮਾਵਾਂ ਨਿਭਾ ਰਹੇ ਨੇ ਘਰ, ਤੁਹਾਡੇ ਘਰ ਦੇ ਕਦੀ ਕਿਸੇ ਸੰਸਥਾ ਨੇ ਆਣ ਕੇ ਨਹੀਂ ਗੱਲਬਾਤ? ਕਿਸੇ ਨੇ ਨਹੀਂ ਸੋਚਿਆ, ਕਿਸੇ ਨੇ ਨਹੀਂ ਕੀਤੀ ਗੱਲਬਾਤ, ਆਪ ਨੂੰ ਕਰਨੀ ਪਈ ਸਾਰਾ ਕੁਛ, ਕਿਸੇ ਨੇ ਨਹੀਂ ਸੋਚਿਆ ਸਾਡੇ ਬਾਰੇ। ਸੋ ਇਹ ਸੀ ਉਹਨਾਂ ਦੇ ਪਤਨੀ ਅਤੇ ਗ੍ਰੰਥੀ ਸਿੰਘ ਜਿਨ੍ਹਾਂ ਦੇ ਨਾਲ ਤੁਹਾਨੂੰ ਮਿਲਾਇਆ। ਅੱਜ ਦੇ ਸਮੇਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਗ੍ਰੰਥੀ ਸਿੰਘ ਨੇ ਜੋ ਉਹਨਾਂ ਦੇ ਕੋਲ ਇੱਕ ਕਮਰਾ ਹੈ, 6 ਪਰਿਵਾਰਕ ਮੈਂਬਰ ਨੇ, ਇੱਕ ਕਮਰੇ 'ਚ ਰਹਿਣਾ ਬਹੁਤ ਔਖਾ ਹੈ, ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ, ਅੰਗਹੀਣ ਨੇ ਉਤੋਂ। ਸੋ ਦਾਨੀ ਵੀਰਾਂ ਨੂੰ ਇਹ ਅਪੀਲ ਆ ਕੇ ਆਓ ਇਸ ਗ੍ਰੰਥੀ ਸਿੰਘ ਦੀ ਬਾਂਹ ਫੜੀਏ ਅਤੇ ਆਪਾਂ ਇਸ ਨੂੰ ਇੱਕ ਮਕਾਨ ਬਣਾ ਕੇ ਦੇਈਏ ਤਾਂ ਕਿ ਜਿਹੜਾ ਵਾ ਇਹ ਖੁਸ਼ੀ ਦੇ ਨਾਲ ਜਿਹੜਾ ਵਾ ਹੋਰ ਵੀ ਲੋਕਾਂ ਦੇ ਵਿੱਚ ਆਪਣਾ ਧਰਮ ਸੰਬੰਧੀ ਪ੍ਰਚਾਰ ਕਰ ਸਕੇ, ਸਿੱਖੀ ਕੌਮ ਵਾਸਤੇ, ਸਿੱਖਾਂ ਵਾਸਤੇ ਜਿਹੜਾ ਵਾ ਅਗਾਂਹ ਉਹਨਾਂ ਦੀ ਜਿਹੜੀ ਆ ਹੋਂਦ ਨੂੰ ਲੈ ਕੇ ਜਾ ਸਕੇ। ਦੇਖਦੇ ਰਹੋ ਛਿੜਕਾਟਾ ਟੀਵੀ। ਧੰਨਵਾਦ।